ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀਓ। ਖਾਲਸੇ ਦਾ ਕੌਮੀ ਤਿਉਹਾਰ ਹੋਲਾ ਮਹੱਲਾ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਬੜੀ ਸ਼ਾਨੋ ਸ਼ੌਕਤ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਮਨਾਇਆ ਜਾਂਦਾ ਹੈ। ਖਾਲਸੇ ਦਾ ਚੜ੍ਹਦੀ ਕਲਾ ਦਾ ਪ੍ਰਤੀਕ ਇਹ ਹੋਲਾ ਮਹੱਲਾ ਹੈ। ਸੰਸਾਰ ਦੇ ਅੰਦਰ ਸਾਹਿਬ ਗੁਰੂ ਕਲਗੀਧਰ ਪਿਤਾ ਜੀ ਨੇ ਜਦੋਂ ਨਜ਼ਰ ਮਾਰ ਕਰਕੇ ਵੇਖੀ ਕਿ ਕੋਈ ਵੀ ਮਨੁੱਖ ਮੁਰਦੇ ਨੂੰ ਆਪਣੇ ਘਰ ਦੇ ਵਿੱਚ ਨਹੀਂ ਰੱਖਦਾ, ਮੁਰਦੇ ਨੂੰ ਦਫਨਾ ਦਿੱਤਾ ਜਾਂਦਾ ਹੈ ਜਾਂ ਉਹਦੀ ਅਰਥੀ ਸਜਾ ਕਰਕੇ ਉਹਨੂੰ ਸ਼ਮਸ਼ਾਨ ਘਾਟ ਵਿੱਚ ਲਿਜਾ ਕੇ ਜਲਾ ਦਿੱਤਾ ਜਾਂਦਾ ਹੈ। ਉਹਦੀ ਚਿਖਾ 'ਤੇ ਰੱਖ ਕਰਕੇ ਉਹਨੂੰ ਅਗਨ ਭੇਟ ਕਰ ਦਿੱਤਾ ਜਾਂਦਾ ਹੈ। ਕਿਸੇ ਵੀ ਧਰਮ ਦੇ ਅੰਦਰ ਕਿਸੇ ਵੀ ਥਾਂ 'ਤੇ ਮੁਰਦੇ ਨੂੰ ਘਰ ਵਿੱਚ ਨਹੀਂ ਰੱਖਿਆ ਜਾਂਦਾ। ਸਤਿਗੁਰੂ ਗੁਰੂ ਕਲਗੀਧਰ ਪਿਤਾ ਜੀ ਨੇ ਵੇਖਿਆ ਜੇ ਮੁਰਦੇ ਨੂੰ ਘਰ ਵਿੱਚ ਨਹੀਂ ਰੱਖਿਆ ਜਾਂਦਾ ਤਾਂ ਫਿਰ ਮੁਰਦਾ ਵਿਚਾਰਾਂ ਨੂੰ ਮਨੁੱਖ ਆਪਣੇ ਘਰ ਵਿੱਚ ਕਿਉਂ ਰੱਖਦਾ ਹੈ? ਆਪਣੇ ਹਿਰਦੇ ਵਿੱਚ, ਆਪਣੇ ਦਿਲ ਵਿੱਚ, ਆਪਣੇ ਦਿਮਾਗ ਦੇ ਅੰਦਰ ਮੁਰਦਾ ਵਿਚਾਰਾਂ ਕਿਉਂ ਰੱਖੀਆਂ ਜਾਂਦੀਆਂ ਨੇ? ਸਤਿਗੁਰੂ ਗੁਰੂ ਕਲਗੀਧਰ ਪਿਤਾ ਜੀ ਨੇ ਮੁਰਦਾ ਵਿਚਾਰਾਂ ਨੂੰ ਇਨਸਾਨ ਦੇ ਅੰਦਰੋਂ ਖਤਮ ਕੀਤਾ ਕਿ ਮੁਰਦਾ ਵਿਚਾਰਾਂ ਦੀ ਥਾਂ ਦੇ ਉੱਪਰ ਨਿਰੋਗ ਵਿਚਾਰਾਂ, ਨਵੀਆਂ ਵਿਚਾਰਾਂ ਆਪਣੇ ਜ਼ਿਹਨ ਦੇ ਅੰਦਰ ਧਾਰਨ ਕਰਕੇ ਰੱਖਣੀਆਂ ਨੇ। ਔਰ ਇਹਨਾਂ ਮੁਰਦਾ ਵਿਚਾਰਾਂ ਦੇ ਲਈ ਕੋਈ ਅਰਥੀ ਸਜਾਉਣ ਦੀ ਲੋੜ ਨਹੀਂ ਹੈ, ਕੋਈ ਟੋਆ ਪੁੱਟ ਕਰਕੇ ਇਹਨੂੰ ਦਫਨਾਉਣ ਦੀ ਲੋੜ ਨਹੀਂ ਹੈ, ਪਰ ਲੋੜ ਹੈ ਮੁਰਦਾ ਵਿਚਾਰਾਂ ਦੀ ਥਾਂ ਦੇ ਉੱਪਰ ਨਵੀਆਂ ਨਿਰੋਗ ਨਿੱਗਰ ਵਿਚਾਰਾਂ ਆਪਣੇ ਹਿਰਦੇ ਦੇ ਅੰਦਰ ਧਾਰਨ ਕਰਨ ਦੀ। ਅਤੇ ਜਦੋਂ ਨਿੱਗਰ ਵਿਚਾਰਾਂ, ਨਰੋਈਆਂ ਵਿਚਾਰਾਂ ਆਪਣੇ ਜ਼ਿਹਨ ਦੇ ਅੰਦਰ ਧਾਰਨ ਕਰਾਂਗੇ, ਮੁਰਦਾ ਵਿਚਾਰਾਂ ਆਪਣੇ ਆਪ ਜ਼ਿਹਨ ਦੇ ਵਿੱਚੋਂ ਖਤਮ ਹੋ ਜਾਣਗੀਆਂ। ਸਤਿਗੁਰੂ ਗੁਰੂ ਕਲਗੀਧਰ ਪਿਤਾ ਜੀ ਨੇ ਵੇਖਿਆ ਸਮਾਜ ਦੇ ਅੰਦਰ ਲੋਕ ਮੁਰਦਾ ਵਿਚਾਰਾਂ ਦੇ ਨਾਲ ਹੀ ਜੁੜੇ ਹੋਏ ਨੇ, ਮੁਰਦਾ ਵਿਚਾਰਾਂ ਹੀ ਆਪਣੇ ਹਿਰਦੇ ਦੇ ਅੰਦਰ ਧਾਰਨ ਕਰਕੇ ਰੱਖੀ ਬੈਠੇ ਨੇ। ਸਤਿਗੁਰੂ ਗੁਰੂ ਕਲਗੀਧਰ ਪਿਤਾ ਜੀ ਨੇ ਵੇਖਿਆ ਕਿ ਜੇ ਹਿੰਦੁਸਤਾਨ ਦੀਆਂ ਗੁਲਾਮੀਆਂ ਨੂੰ ਕੱਟਣਾ ਹੈ, ਜ਼ੰਜੀਰਾਂ ਨੂੰ ਕੱਟਣਾ ਹੈ, ਹਿੰਦੁਸਤਾਨ ਨੂੰ ਆਜ਼ਾਦ ਕਰਾਉਣਾ ਹੈ, ਤਾਂ ਇਹ ਮੁਰਦਾ ਵਿਚਾਰਾਂ ਦੇ ਨਾਲ ਆਜ਼ਾਦ ਨਹੀਂ ਹੋਣੇ। ਕਿਉਂਕਿ ਸਮਾਜ ਦੇ ਅੰਦਰ ਸਤਿਗੁਰਾਂ ਨੇ ਵੇਖਿਆ ਲੋਕ ਹੋਲੀ ਖੇਡਦੇ ਸਨ, ਬਹੁਤ ਤਰ੍ਹਾਂ ਦੀ ਹੋਲੀ ਖੇਡੀ ਜਾਂਦੀ ਹੈ, ਕੋਈ ਲੱਠ ਮਾਰ ਹੋਲੀ ਹੈ, ਕੋਈ ਇੱਕ ਦੂਸਰੇ ਦੇ ਉੱਪਰ ਰੰਗ ਪਾ ਕਰਕੇ ਹੋਲੀ ਖੇਡੀ ਜਾਂਦੀ ਹੈ, ਕੋਈ ਇੱਕ ਦੂਸਰੇ 'ਤੇ ਚਿੱਕੜ ਪਾ ਕਰਕੇ ਹੋਲੀ ਖੇਡੀ ਜਾਂਦੀ ਹੈ। ਅਤੇ ਸਤਿਗੁਰਾਂ ਨੇ ਵੇਖਿਆ ਇਸ ਤਰ੍ਹਾਂ ਰੰਗ ਪਾ ਕਰਕੇ, ਲੱਠਾਂ ਮਾਰ ਕਰਕੇ ਜਾਂ ਚਿੱਕੜ ਪਾ ਕਰਕੇ ਇੱਕ ਦੂਸਰੇ ਦੇ ਉੱਪਰ, ਇਹਦੇ ਨਾਲ ਕਦੇ ਵੀ ਇਹ ਆਜ਼ਾਦੀ ਨਹੀਂ ਮਿਲਣੀ, ਗੁਲਾਮੀ ਦੀਆਂ ਜ਼ੰਜੀਰਾਂ ਨੂੰ ਨਹੀਂ ਕੱਟਿਆ ਜਾ ਸਕਦਾ। ਸਤਿਗੁਰੂ ਗੁਰੂ ਕਲਗੀਧਰ ਪਿਤਾ ਜੀ ਨੇ ਇਹ ਹੋਲੀ ਨੂੰ ਬਦਲ ਕਰਕੇ ਹੋਲਾ ਮਹੱਲਾ ਖਾਲਸੇ ਨੂੰ ਬਖਸ਼ਿਸ਼ ਕੀਤਾ। ਹੋਲੇ ਦਾ ਅਰਥ ਹੈ ਹੋਲਾ ਮਹੱਲਾ, ਕਿ ਉਹ ਜਗ੍ਹਾ ਜਿੱਥੇ ਹਮਲਾ ਕੀਤਾ ਜਾਂਦਾ ਹੈ। ਗੁਰੂ ਕਲਗੀਧਰ ਪਿਤਾ ਜੀ ਆਪ ਦੋ ਟੁਕੜੀਆਂ ਬਣਾਉਂਦੇ ਸਨ, ਦੋ ਫੌਜਾਂ ਤਿਆਰ ਕਰਦੇ ਸਨ। ਇੱਕ ਫੌਜ ਨੂੰ ਇੱਕ ਥਾਂ ਦੇ ਉੱਪਰ ਸਤਿਗੁਰੂ ਜੀ ਨੇ ਨਿਯਤ ਕਰ ਦੇਣਾ ਕਿ ਤੁਸੀਂ ਇਸ ਥਾਂ ਦੇ ਉੱਪਰ ਪਰਪੱਕ ਰਹਿਣਾ, ਅਤੇ ਦੂਸਰੀ ਫੌਜ ਨੂੰ ਕਹਿ ਦੇਣਾ ਕਿ ਤੁਸੀਂ ਉਸ ਥਾਂ ਦੇ ਉੱਪਰ ਜਾ ਕਰਕੇ ਕਬਜ਼ਾ ਕਰਨਾ ਹੈ। ਔਰ ਦੋਨਾਂ ਦੀਆਂ ਸਤਿਗੁਰੂ ਜੀ ਨਕਲੀ ਜੰਗਾਂ ਕਰਵਾਉਂਦੇ ਨੇ। ਗਰੀਬ ਨਿਵਾਸ ਸਤਿਗੁਰੂ ਗੁਰੂ ਕਲਗੀਧਰ ਪਿਤਾ ਜੀ ਨੇ ਦੇਖਿਆ ਜਦੋਂ ਕੋਈ ਫੌਜ ਜਿੱਤ ਜਾਂਦੀ ਤਾਂ ਉਹਨੂੰ ਸਤਿਗੁਰੂ ਜੀ ਇਨਾਮ ਵੀ ਵੰਡਦੇ ਸਨ। ਹੋਲੇ ਮਹੱਲੇ ਦਾ ਅਰਥ ਹੈ ਕਿ ਉਹ ਥਾਂ ਜਿੱਥੇ ਹਮਲਾ ਕੀਤਾ ਜਾ ਸਕੇ, ਹਮਲੇ ਵਾਲੀ ਜਗ੍ਹਾ ਜਾਏ ਉਹ ਥਾਂ। ਔਰ ਗਰੀਬ ਨਿਵਾਸ ਸਤਿਗੁਰੂ ਗੁਰੂ ਕਲਗੀਧਰ ਪਿਤਾ ਜੀ ਨੇ ਕਿਹਾ ਗੁਰਸਿੱਖੋ ਅਸ਼ਸਤਰਧਾਰੀ ਹੋਣਾ ਹੈ। ਸੰਨ 1700 ਦੇ ਅੰਦਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਖਾਲਸੇ ਸਾਜਨਾ ਤੋਂ ਬਾਅਦ ਔਰ ਖਾਲਸੇ ਨੂੰ ਹੋਲੀ ਤੋਂ ਬਦਲ ਕਰਕੇ ਹੋਲਾ ਮਹੱਲਾ ਬਖਸ਼ਿਸ਼ ਕੀਤਾ। ਹੋਲੇ ਮਹੱਲੇ ਦੇ ਨਾਲ ਸਤਿਗੁਰਾਂ ਨੇ ਸਮੁੱਚੀ ਕਾਇਨਾਤ ਨੂੰ ਜੋੜ ਕਰਕੇ ਰੱਖਿਆ ਕਿ ਭਾਈ ਤੁਸੀਂ ਸ਼ਸਤਰਧਾਰੀ ਹੋਣਾ, ਤਨ 'ਤੇ ਸ਼ਸਤਰ ਸਜਾਉਣੇ ਨੇ। ਔਰ ਇਸ ਤਰ੍ਹਾਂ ਗਰੀਬ ਨਿਵਾਸ ਸਤਿਗੁਰੂ ਜੀ ਨੇ ਆ ਰੰਗਾਂ ਦੀ ਹੋਲੀ ਤੋਂ, ਚਿੱਕੜਾਂ ਦੀ ਹੋਲੀ ਤੋਂ, ਲੱਠ ਮਾਰ ਹੋਲੀ ਤੋਂ ਸਤਿਗੁਰਾਂ ਨੇ ਸਾਨੂੰ ਵਰਜਿਆ ਅਤੇ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੋੜਿਆ, ਸ਼ਸਤਰਧਾਰੀ ਬਣਾਇਆ। ਔਰ ਸਮੁੱਚੀਆਂ ਸਿੱਖ ਸੰਗਤਾਂ ਵੱਲੋਂ ਖਾਲਸੇ ਦਾ ਕੌਮੀ ਤਿਉਹਾਰ ਹੋਲਾ ਮਹੱਲਾ
ਆਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹਰ ਸਾਲ ਬੜੀ ਸ਼ਾਨੋ ਸ਼ੌਕਤ ਦੇ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਵੀ ਖਾਲਸੇ ਦਾ ਕੌਮੀ ਤਿਉਹਾਰ ਹੋਲਾ ਮਹੱਲਾ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ, ਜਿਸ ਦਾ ਆਗਾਜ਼ 23 ਤਰੀਕ ਨੂੰ ਕਿਲ੍ਹਾ ਆਨੰਦਗੜ੍ਹ ਸਾਹਿਬ ਵਿਖੇ ਰਾਤ ਨੂੰ ਨਗਾਰੇ ਵਜਾ ਕਰਕੇ ਕੀਤਾ ਜਾਣਾ ਹੈ। ਉਸ ਤੋਂ ਬਾਅਦ 24 ਮਾਰਚ ਨੂੰ ਗੁਰਦੁਆਰਾ ਪਤਾਲਪੁਰੀ ਸਾਹਿਬ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣੇ ਨੇ। 26 ਤਰੀਕ ਨੂੰ ਉਹਨਾਂ ਅਖੰਡ ਪਾਠ ਸਾਹਿਬਾਂ ਦੀ ਭੋਗ ਦੀ ਸਮਾਪਤੀ ਹੋਣੀ ਅਤੇ ਹੋਲੇ ਮਹੱਲੇ ਦੇ ਪਹਿਲੇ ਪੜਾਅ ਦੀ ਸਮਾਪਤੀ ਕੀਰਤਪੁਰ ਸਾਹਿਬ ਵਿਖੇ। ਉਸ ਤੋਂ ਬਾਅਦ 27 ਤਰੀਕ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਲੇ ਮਹੱਲੇ ਦੇ ਆਰੰਭਤਾ ਦੇ ਸਮੇਂ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਅਤੇ 29 ਤਰੀਕ ਨੂੰ ਹੋਲੇ ਮਹੱਲੇ ਦੇ ਸੰਬੰਧ ਅੰਦਰ ਅਖੰਡ ਪਾਠ ਸਾਹਿਬ ਦੀ ਸੰਪੰਨਤਾ ਹੋਏਗੀ ਔਰ 26 ਤਰੀਕ ਤੋਂ ਲੈ ਕੇ 30 ਤਰੀਕ ਤੱਕ ਲਗਾਤਾਰ ਨਿਰੰਤਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਧਾਰਮਿਕ ਦੀਵਾਨ ਚੱਲ ਰਹੇ ਨੇ, ਜਿਨ੍ਹਾਂ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਰਾਗੀ ਜਿੱਥੇ ਪਹੁੰਚ ਰਹੇ ਨੇ, ਪੰਥ ਦੀਆਂ ਮਹਾਨ ਸ਼ਖਸੀਅਤਾਂ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਜੀ ਉਹ ਵੀ ਪਹੁੰਚ ਰਹੇ ਨੇ, ਹੋਰ ਬਹੁਤ ਸਾਰੇ ਵਿਦਵਾਨ ਔਰ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰ ਕੇ ਔਰ ਗੁਰੂ ਸੰਗੀਆਂ ਸੰਗਤਾਂ ਨੂੰ ਗੁਰੂ ਜਸ ਸੁਣਾ ਕਰਕੇ ਨਿਹਾਲ ਕਰਨਗੇ। ਉੱਥੇ ਢਾਡੀ ਜਥੇ ਕਵੀ ਸਰ ਕਵੀ ਦਰਬਾਰ ਵੀ ਹੋ ਰਹੇ ਨੇ। ਸਮੁੱਚੀਆਂ ਸੰਗਤਾਂ ਨੂੰ ਹੋਲੇ ਮਹੱਲੇ ਦੀਆਂ ਬਹੁਤ ਬਹੁਤ ਮੁਬਾਰਕਾਂ। ਨਿਮਰਤਾ ਸਹਿਤ ਬੇਨਤੀ ਹੈ ਕਿ ਇਹਨਾਂ ਹੋਲੇ ਮਹੱਲੇ ਦੇ ਖਾਲਸੇ ਦੇ ਕੌਮੀ ਤਿਉਹਾਰ 'ਤੇ ਆਪ ਜੀ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚ ਕਰਕੇ ਨਤਮਸਤਕ ਹੋਣ ਦੀ ਕਿਰਪਾਲਤਾ ਕਰਨੀ। ਸਮੁੱਚੀਆਂ ਸੰਗਤਾਂ ਨੂੰ ਫਿਰ ਹੋਲੇ ਮਹੱਲੇ ਦੀਆਂ ਬਹੁਤ ਬਹੁਤ ਮੁਬਾਰਕਾਂ, ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।